ਗਲੋਬਲ ਪੰਜਾਬ ਟੀਵੀ ਵੇਖ ਰਹੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਲਓ ਜੀ, ਲੈ ਕੇ ਆਇਆ ਜੀ ਇੱਕ ਵਾਰ ਫਿਰ ਤੁਹਾਡਾ ਆਪਣਾ ਫੇਵਰੇਟ ਸ਼ੋਅ ਗੱਲਾਂ ਵਿਦ ਗੁਲਾਬੋ। ਅਤੇ ਪਛਾਣਿਆ ਮੈਨੂੰ? ਨਹੀਂ, ਮੈਂ ਆ ਜੀ ਗੁਲਾਬੋ ਦੀ ਗੁਆਂਢਣ ਅਤਰੋ। ਅਤੇ ਜੇ ਗੁਆਂਢ ਹੋ ਕੇ ਚੁਗਲੀ ਨਾ ਕੀਤੀ ਤਾਂ ਫਿਰ ਗੁਆਂਢ ਦਾ ਕੀ ਫਾਇਦਾ? ਅੱਜ ਆਪਾਂ ਟੌਪਿਕ ਵੀ ਇਹੀ ਚੱਕਿਆ ਜੀ, ਚੁਗਲੀਆਂ। ਤੁਸੀਂ ਮੈਨੂੰ ਫੋਨ ਕਰਨਾ ਆ ਅਤੇ ਦੱਸਣਾ ਆ ਵੀ ਤੁਹਾਡੇ ਉੱਥੇ ਵੀ ਚੁਗਲੀਆਂ ਚੱਲਦੀਆਂ ਆ, ਜਾਂ ਤੁਹਾਨੂੰ ਕਿਸੇ ਦੀ ਵੀ ਚੁਗਲੀਆਂ ਕਰਨੀਆਂ ਹੋਣ ਨਾ, ਆਪਣੀ ਸੱਸ ਦੀਆਂ, ਨਨਾਣ ਦੀਆਂ, ਘਰ ਵਾਲੇ ਦੀਆਂ, ਕਿਸੇ ਦੀਆਂ ਵੀ ਆ, ਗੁਆਂਢ ਦੀਆਂ, ਤੁਸੀਂ ਮੈਨੂੰ ਫੋਨ ਲਾਉਣਾ ਆ 3472521232 ਅਤੇ ਆਪਾਂ ਤੁਹਾਡੇ ਨਾਲ ਰੱਜ ਕੇ ਚੁਗਲੀਆਂ ਕਰਨੀਆਂ ਆ। ਵੈਸੇ ਨਾ ਮੈਨੂੰ ਬਾਹਲਾ ਚੁਗਲੀਆਂ ਦਾ ਸ਼ੌਂਕ ਹੈ ਨਹੀਂ, ਪਰ ਕੀ ਕਰਾਂ ਜੇ ਚੁਗਲੀਆਂ ਨਹੀਂ ਨਾ ਕਰਦੀ, ਮੇਰੇ ਢਿੱਡ 'ਚ ਪੀੜ ਹੋਣ ਲੱਗ ਪੈਂਦੀ ਆ। ਇਹ ਮੇਰਾ ਥੋੜ੍ਹੀ ਨਾ ਕਸੂਰ ਆ। ਹੁਣ ਜੇ ਜਨਾਨੀ ਹੋ ਕੇ ਚੁਗਲੀ ਨਾ ਕੀਤੀ ਤਾਂ ਫਿਰ ਕੀ ਫਾਇਦਾ ਦੱਸੋ? ਨਾਲੇ ਚੁਗਲੀ ਕਿਤੇ ਇਕੱਲੇ ਹੁੰਦੀ ਆ, ਸਾਥ ਵੀ ਤਾਂ ਚਾਹੀਦਾ ਹੁੰਦਾ ਹੈ। ਅੱਛਾ, ਬਾਹਰਲੇ ਮੁਲਕ ਕਿੱਥੇ ਸਾਥ ਮਿਲਦਾ ਹੋਣਾ ਨਾ ਚੁਗਲੀ ਕਰਨ ਨੂੰ? ਇਸੇ ਕਰਕੇ ਤੁਸੀਂ ਮੇਰੇ ਨਾਲ ਗੱਲਾਂ ਕਰਨੀਆਂ ਆ। ਕੋਈ ਵੀ ਪ੍ਰੋਬਲਮ ਹੈਗੀ ਆ, ਕਿਸੇ ਦੀ ਵੀ ਚੁਗਲੀ ਕਰਨੀ ਆ, ਆਪਣਾ ਨਾਂ ਭਾਵੇਂ ਨਾ ਦੱਸਿਓ, ਆਪਾਂ ਇੱਦਾਂ ਹੀ ਚੁਗਲੀ ਕਰ ਲੈਣੀ ਆ, ਨਾ ਅਗਲੇ ਨੂੰ ਪਤਾ ਲੱਗਣਾ ਆ ਅਤੇ ਨਾਲ ਹੀ ਤੁਹਾਡੀ ਚੁਗਲੀ ਵੀ ਹੋ ਜਾਣੀ ਆ, ਨਾਲੇ ਢਿੱਡ ਪੀੜ ਵੀ ਹਟ ਜੂ। ਆ ਜਿਹੜੀ ਗੁਲਾਬੋ ਆ ਨਾ, ਇਹਦਾ ਮੈਂ ਕੀ ਦੱਸਾਂ, ਸਾਡੇ ਗੁਆਂਢ 'ਚ ਰਹਿੰਦੀ ਆ। ਇਹਦੇ ਘਰਦਿਆਂ ਨੂੰ ਮੈਂ ਕਿੰਨੀ ਵਾਰੀ ਕਿਹਾ ਆ ਵੀ ਇਹਦੇ ਕਿਤੇ ਆਉਣ ਦਾ ਕੋਈ ਟਾਈਮ ਦਾ ਪਤਾ ਆ, ਕਦੀ ਆਉਂਦੀ ਹੈ, ਕਦੀ ਜਾਂਦੀ ਹੈ, ਕਿੰਨੇ ਵਜੇ ਆਉਂਦੀ, ਕਿੰਨੇ ਵਜੇ ਜਾਂਦੀ, ਕਿਸੇ ਨੂੰ ਨਹੀਂ ਪਤਾ। ਖੈਰ, ਸਾਨੂੰ ਕੀ, ਆਪਾਂ ਇਹਨਾਂ ਕੰਮਾਂ ਤੋਂ ਕੀ ਲੈਣਾ? ਸਾਡੇ ਕੋਲ ਹੋਰ ਚੁਗਲੀਆਂ ਬਥੇਰੀਆਂ। ਸ਼ਾਮਾਂ ਨੂੰ ਤਾਂ ਮਜ਼ਾ ਹੀ ਆ ਜਾਂਦਾ ਪਿੰਡ 'ਚ ਬਹਿਣ ਦਾ, ਇੰਨਾ ਮਜ਼ਾ ਆਉਂਦਾ ਆ। ਕਈ ਵਾਰ ਤਾਂ ਮਟਰ ਬੈਠੇ ਬੈਠੇ ਛਿਲੋ ਜਾਂਦੇ, ਪਤਾ ਹੀ ਨਹੀਂ ਲੱਗਦਾ। ਕੰਮ ਦਾ ਕਿਤੇ ਪਤਾ ਲੱਗਦਾ, ਪਿਆਜ਼ ਕੱਟਦੇ ਕੱਟਦੇ ਚੁਗਲੀਆਂ ਕਰ ਲਓ, ਨਾਲੇ ਪੂਰੇ ਪਿੰਡ ਦੇ ਸੁੱਖ ਸਾਂਦ ਦਾ ਪਤਾ ਲੱਗ ਜਾਂਦਾ ਹੈ ਵੀ ਸਭ ਖੈਰ ਹੈ ਕਿ ਨਹੀਂ, ਹੈ ਕਿ ਨਹੀਂ। ਹੈਲੋ, ਆ ਵੇਖ ਲਓ, ਹੁਣ ਮੈਨੂੰ ਦੱਸਣਗੇ ਵੀ ਇਹਨਾਂ ਨਾਲ ਕਿੱਦਾਂ ਦੀ ਚੁਗਲੀਆਂ ਕਰਨੀਆਂ ਆ। ਹੈਲੋ, ਲਓ ਜੀ ਬੋਲਦੇ ਹੀ ਨਹੀਂ। ਹੈਲੋ, ਹਾਂਜੀ ਬੋਲਦੇ ਆ, ਮੈਨੂੰ ਪਤਾ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਨੇ? ਹਾਂਜੀ ਠੀਕ ਠਾਕ, ਤੁਸੀਂ ਸੁਣਾਓ? ਵਧੀਆ, ਕੌਣ ਬੋਲ ਰਹੇ ਹੋ? ਹਾਂਜੀ ਮੈਂ ਰਾਜਕੌਰ ਬੋਲਦੀ। ਕਿੱਧਰੋਂ? ਨਿਊਯਾਰਕ ਤੋਂ। ਅੱਛਾ, ਕਿਹੜੀ ਚੁਗਲੀ ਕਰਨੀ ਅੱਜ ਮੇਰੇ ਨਾਲ? ਨਹੀਂ ਮੈਂ ਚੁਗਲੀ ਕੋਈ ਨਹੀਂ ਕਰਨੀ, ਤੁਹਾਡੀ ਗੱਲਾਂ ਬੜੀਆਂ ਪਿਆਰੀਆਂ ਲੱਗਦੀਆਂ। ਥੈਂਕ ਯੂ ਸੋ ਮੱਚ। ਅੱਛਾ, ਚੁਗਲੀ ਨਹੀਂ ਕਰਨੀ? ਨਹੀਂ ਮੈਂ ਚੁਗਲੀ ਨਹੀਂ ਕਰਨੀ। ਨਹੀਂ ਜੀ, ਮਾੜੀ ਜੀ, ਮਾੜੀ ਜੀ, ਨਹੀਂ ਨਹੀਂ, ਮੇਰੇ ਢਿੱਡ ਪੀੜ ਹੋਣ ਲੱਗ ਪੈਣੀ ਜੇ ਤੁਸੀਂ ਤੁਸੀਂ ਚੁਗਲੀ ਨਾ ਕੀਤੀ, ਮੇਰੇ ਢਿੱਡ ਪੀੜ ਹੋਣ ਲੱਗ ਪੈਣੀ, ਸੋਚੋ। ਗੁਆਂਢ ਚ ਜਾਂਦੇ ਹੋਣੇ ਤੁਸੀਂ, ਗੱਲਾਂ ਬਾਤਾਂ ਮਾਰਨ ਲੈ ਭੈਣੇ ਹੋ ਗਿਆ? ਮੈਂ ਗੁਆਂਢ ਜਾਂਦੀ, ਮੈਂ ਤਾਂ ਆਪਣੇ ਘਰ ਹੀ ਰਹਿੰਦੀ ਆ। ਤੇ ਘਰ 'ਚ ਫੋਨ ਤੇ ਗੱਲਾਂ ਕਰਦੇ ਹੋਣੇ ਹੋ, ਫੋਨ ਲਾ ਕੇ? ਹਾਂਜੀ, ਫੋਨ ਤਾਂ ਸਰਕਾਰੀ ਲਈ ਨਹੀਂ ਗਏ। ਅੱਛਾ, ਮੇਰੇ ਨਾਲ ਨਹੀਂ ਕਰਨੀ ਆ, ਫੋਨ 'ਚ ਕਰ ਲੈਣੀ ਹੈ, ਹੈ ਨਾ? ਤੁਹਾਡੇ ਨਾਲ ਪਹਿਲੇ ਦਿਨ ਫੋਨ ਲਾਇਆ ਨਾ ਅੱਜ। ਅੱਛਾ, ਤੇ ਫਿਰ ਇਸ ਕਰਕੇ ਹਲੇ ਪਹਿਲੀ ਵਾਰ ਨਹੀਂ, ਮੈਨੂੰ ਦੱਸਣਾ, ਫਿਰ ਚੁਗਲੀ ਕਰ ਲੈਣੀ ਹੈ। ਹਾਂਜੀ ਫਿਰ ਕਰ ਲਾਂਗੇ। ਅੱਛਾ, ਵੈਸੇ ਜੀ ਮੈਂ ਲਾਇਆ ਨਾ ਤੁਹਾਡੇ ਗੱਲਾਂ ਪਿਆਰਿਆਂ ਕਰਕੇ ਮੈਂ ਫੋਨ ਲਾ ਲਿਆ। ਹਾਂ, ਥੈਂਕ ਯੂ ਜੀ, ਥੈਂਕ ਯੂ ਸੋ ਮੱਚ। ਨਹੀਂ ਉਹ ਕਹਿੰਦੇ ਨੇ ਫਿਰ ਲਾਵਾਂਗੇ, ਮੇਰਾ ਮੈਂ ਤਾਂ ਲਾਸਟ ਮੈਂ ਹੌਲ ਡੁਲ ਹੋਏਗਾ, ਲੱਗ ਹੀ ਮੇਰਾ ਗਿਆ ਪਹਿਲਾਂ ਹੀ। ਵੇਖ ਲਓ, ਕਹਿੰਦੇ ਨਾ ਕਿ ਬੰਦੇ ਨੂੰ ਕਿਸੇ ਵੀ ਚੀਜ਼ ਨੂੰ ਜੇ ਸ਼ਿੱਦਤ ਨਾਲ ਚਾਹੁੰਦਾ ਨਾ, ਤੇ ਸਾਰੀ ਕਾਇਨਾਤ ਉਹਨੂੰ ਮਿਲਾਉਣ 'ਚ ਲੱਗ ਜਾਂਦੀ ਹੈ। ਡਾਇਲੋਗ ਮਾਰ ਰਹੀ ਮੈਂ ਫਿਲਮਾਂ ਦੇ, ਹੈ ਕਿ ਨਹੀਂ? ਮੈਂ ਲਾਇਆ ਹੀ ਤੇ ਆਖਣ ਗੱਲ ਕਰ ਲਓ, ਤੇ ਮੈਨੂੰ ਫਿਰ ਮਜ਼ੇ ਪਤਾ ਨਾ ਲੱਗੇ ਵੀ ਗੱਲ ਕਿਵੇਂ ਕਰਨੀ। ਵੇਖ ਲਓ, ਨਹੀਂ ਵਧੀਆ ਗੱਲ ਤੁਸੀਂ ਕੀਤੀ ਆ। ਖੈਰ, ਤੁਸੀਂ ਚੁਗਲੀ ਨਹੀਂ ਕੀਤੀ, ਕੋਈ ਨਹੀਂ, ਅਗਲਾ ਕਾਲਰ ਚੁਗਲੀ ਕਰੇਗਾ, ਵੇਖਿਓ ਹੁਣੀ ਤੁਸੀਂ ਸੁਣਿਓ। ਹੈਲੋ, ਜਿਵੇਂ ਕਹਿੰਦੇ ਨਾ ਕੱਚੇ ਕੋਠਿਆਂ ਨੂੰ ਜੇਕਰ ਲਿਪੀਏ ਨਾ, ਆਖਰ ਟੈਂਦਿਆਂ ਟੈਂਦਿਆਂ ਟਹਿ ਜਾਂਦੇ, ਚੁਗਲ ਖੋਰਨਾ ਚੁਗਲੀਆਂ ਆਵਾਜ਼ ਆਉਂਦੇ, ਤੇ ਗੱਲ ਕਹਿੰਦਿਆਂ ਕਹਿੰਦਿਆਂ ਕਹਿ ਜਾਂਦੇ। ਬਿਲਕੁਲ, ਮੇਰਾ ਵੀ ਇਹੀ ਹਿਸਾਬ ਹੈ। ਇਹ ਜੀ ਮੈਂ ਤੁਹਾਨੂੰ ਇੱਕ ਗੱਲ ਸੁਣਾਉਣੀ ਵੀ ਇੱਕ ਲੇਡੀ ਸੀ, ਉਹ ਕਿਸੇ ਨਾਲ ਪਿੰਡ 'ਚ ਕੋਈ ਕੰਮ ਨਹੀਂ ਸੀ ਹੋਣ ਦਿੰਦੀ, ਉਹਨੂੰ ਚੁਗਲੀਆਂ ਕਰਨ ਦੀ ਆਦਤ ਸੀ, ਉਹ ਵਾਂਢੇ ਗਈ ਹੋਈ ਸੀ ਤੇ ਕਿਸੇ ਦੇ ਮੁੰਡੇ ਦਾ ਮੰਗਣਾ ਹੋ ਗਿਆ, ਤੇ ਜਦ ਨੂੰ ਉਹ ਆ ਗਈ
ਤੇ ਉਹਨੇ ਕੀ ਕੀਤਾ, 5 ਰੁਪਈਏ ਵਾਰ ਕੇ ਮੁੰਡੇ ਦੇ ਸਿਰ ਤੋਂ, ਕਹਿੰਦੀ ਚੱਲ ਜਿਵੇਂ ਤੇਰਾ ਮੰਗਣਾ ਹੋ ਗਿਆ ਆਪਾਂ, ਤੋਵੇਂ ਹੀ ਮਿਰਗੀ ਹਟ ਜੂ। ਉਹ ਜਦੇ ਹੀ ਮੰਗਣੇ ਵਾਲੇ ਭੱਜ ਗਏ। ਇਹ ਸੱਚੀ ਗੱਲ ਆ। ਓਹੋ, ਇਹ ਤਾਂ ਮਤਲਬ ਇਹ ਉਹ ਇਨਡਾਇਰੈਕਟਲੀ ਉਹਨੇ ਹੈ ਸਭ ਕੁਝ ਕਰਤਾ ਹੈ। ਹਾਂਜੀ ਹਾਂਜੀ, ਚੁਗਲ ਖੋਰ ਤਾਂ ਬਸ ਇਹ ਜੇ ਹੋਇਆ। ਅਗਲੇ ਦਾ ਵਿਆਹ ਸਿਰੇ ਚੜਿਆ ਕਿ ਨਹੀਂ? ਨਹੀਂ ਨਹੀਂ ਚੁਗਲ ਖੋਰ ਕਿੱਥੇ ਚੜ੍ਹਨ ਦਿੰਦੇ ਆ, ਤੁਸੀਂ ਵੀ ਫਿਰ ਇਹ ਜਿਹਾ ਹੀ ਹੁਣ ਜਾਦੂ ਬਣਾਓ ਕੋਈ। ਨਹੀਂ ਨਹੀਂ ਇੰਨਾ ਇੰਨਾ ਮਾੜਾ ਨਹੀਂ ਕਰਨਾ, ਆਪਾਂ ਤਾਂ ਮਾੜੀ ਮੋਟੀ ਚੁਗਲੀਆਂ ਕਰ ਲਈ ਦੀ ਵੀ ਸਬਜ਼ੀ ਕੱਟਣ ਵੇਲੇ ਕੋਈ ਤਾਂ ਟੌਪਿਕ ਚਾਹੀਦਾ ਆ ਗੱਲਾਂ ਬਾਤਾਂ ਕਰਨ ਨੂੰ ਕਿ ਨਹੀਂ? ਹਾਂਜੀ ਹਾਂਜੀ, ਐਂ ਤਾਂ ਫਿਰ ਜਦੋਂ ਕੋਈ ਕੰਮ ਨਾ ਬੋਰਿੰਗ ਹੋਵੇ ਫਿਰ ਫੋਨ ਲਾ ਲਈਦਾ ਚੁਗਲੀਆਂ ਕਰਨ ਨੂੰ, ਫਿਰ ਕੰਮ ਦਾ ਪਤਾ ਹੀ ਨਹੀਂ ਲੱਗਦਾ ਕਦੋਂ ਹੁੰਦਾ। ਕਿਵੇਂ ਦੀਆਂ ਗੱਲਾਂ ਕਰਦੇ ਹੋ ਮੈਨੂੰ? ਹੈਲੋ, ਹਾਂਜੀ ਹੁਣ ਮੇਰੇ ਨਾਲ ਚੁਗਲੀ ਕਰਕੇ ਦਿਖਾਓ। ਹਾਂ ਭੈਣ, ਦੱਸ ਕੀ ਹੋਇਆ? ਹਾਂਜੀ ਹਾਂਜੀ, ਉਹ ਕੋਈ ਬਸ ਆਪਦੇ ਹਸਬੈਂਡ ਦੀਆਂ, ਸੱਸ ਦੀਆਂ, ਨਨਾਣ ਦੀਆਂ। ਅੱਛਾ, ਮਤਲਬ ਹਨਾ ਇਹ ਪਤਾ ਹੀ ਹੁੰਦਾ ਵੀ ਜੇ ਸੱਸ ਗੱਲ ਕਰ ਰਹੀ ਆ ਤੇ ਉਹ ਨੂੰਹ ਦੀ ਚੁਗਲੀ ਕਰ ਰਹੀ ਹੋਣੀ ਆ, ਜੇ ਨੂੰਹ ਫੋਨ ਕਰ ਰਹੀ ਆ ਤੇ ਸੱਸ ਦੀ ਚੁਗਲੀ ਕਰ ਰਹੀ ਹੋਣੀ ਆ। ਇਹ ਇਹ ਵੈਸੇ ਪੱਕੀ ਗੱਲ ਹੈ ਹਨਾ? ਹਾਂਜੀ। ਤੇ ਤੁਸੀਂ ਕਿਹਦੀਆਂ ਕਰਦੇ ਹੋ? ਅਸੀਂ ਵੀ ਕਿਸੇ ਦੀਆਂ, ਜਿਹੜਾ ਜਿਹੜਾ ਮੂਹਰੇ ਆ ਗਿਆ ਕਰ ਹੀ ਲਈਦੀਆਂ। ਹੁਣ ਤੁਹਾਨੂੰ ਪਤਾ ਨਾ ਵੀ ਤੁਹਾਡੀ ਆਵਾਜ਼ ਜਾ ਰਹੀ ਹੈ ਪੰਜਾਬ, ਤੇ ਤੁਸੀਂ ਦੱਸਣਾ ਨਹੀਂ ਹੈਗਾ ਵੀ ਕਿਹਦੀਆਂ ਕਰਦੇ ਹੋ। ਇਹ ਤਾਂ ਹੈ ਹੀ ਹਨਾ। ਨਹੀਂ ਤੇ ਮਤਲਬ ਇਹ ਬੁਰੀ ਗੱਲ ਹੈ, ਮੈਨੂੰ ਦੱਸੋ, ਮਾੜੀ ਗੱਲ ਤੇ ਨਹੀਂ ਹੈਗੀ ਕੋਈ? ਨਹੀਂ ਨਹੀਂ ਪਰ ਦਿਲ ਦਾ ਜਿਹੜਾ ਭਾਰ ਆ ਹੌਲਾ ਹੋ ਜਾਂਦਾ, ਚੁਗਲੀਆਂ ਮਾੜੀ ਗੱਲ ਨਹੀਂ ਹੈਗੀ, ਕਈਆਂ ਨੂੰ ਨਸ਼ਾ ਹੀ ਹੈ। ਆ ਜਨਾਨੀਆਂ ਦਾ ਤਾਂ ਨਸ਼ਾ ਹੀ ਹੀ ਹੁੰਦਾ ਜੀ, ਹੈ ਕਿ ਨਹੀਂ? ਹਾਂਜੀ, ਉਹਨਾਂ ਫਿਰ ਨੀਂਦ ਸੋਹਣੀ ਆ ਜਾਂਦੀ ਆ। ਬਿਲਕੁਲ, ਬਹੁਤ ਵਧੀਆ ਲੱਗਾ ਤੁਹਾਡਾ ਗੱਲਬਾਤ ਕਰਕੇ, ਤੁਸੀਂ ਇੰਨੀ ਪਿਆਰੀ ਗੱਲਾਂ ਸੁਣਾਈਆਂ, ਅਗਲਾ ਕਾਲ ਲੈ ਲੈਂਦੇ ਆ। ਹੈਲੋ। ਹੈਲੋ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਨਾਮ ਦੱਸੋ ਜੀ। ਚਾਲ ਬੇਟਾ, ਵਧੀਆ ਜੀ, ਹੋਰ ਸੁਣਾਓ, ਕੈਸੇ ਹੋ? ਬਹੁਤ ਸੋਹਣੇ ਲੱਗਦੇ ਜੀ ਅੱਜ ਤੁਸੀਂ। ਥੈਂਕ ਯੂ ਸੋ ਮਚ, ਇਹ ਤਾਂ ਮੇਰਾ ਰੋਜ਼ ਦਾ ਕੰਮ ਹੋ ਗਿਆ ਜੀ, ਹੁਣ ਸੋਹਣੇ ਲੱਗਣਾ। ਅੱਛਾ ਬੇਟਾ, ਅੱਛਾ ਠੀਕ ਹੈ ਜੀ। ਚੁਗਲੀ ਕਰਨ ਨੂੰ ਫੋਨ ਲਾਇਆ ਮੈਨੂੰ ਹੈ? ਨਹੀਂ, ਮੈਂ ਚੁਗਲੀ ਕਰਨ ਨੂੰ ਲਾਇਆ, ਤਾਂ ਚੁਗਲੀ ਦੀ ਗੱਲ ਸੁਣਾਉਣ ਵਾਸਤੇ ਲਾਇਆ ਫੋਨ। ਬਿਲਕੁਲ ਜੀ, ਉਹੀ ਤਾਂ ਸੁਣਨੀ ਆ ਅੱਜ ਆਪਾਂ, ਸੁਣਾਓ ਜੀ। ਹਾਂਜੀ, ਮੈਂ ਤੁਹਾਨੂੰ ਇਹ ਗੱਲ ਸੁਣਾਉਣ ਲੱਗੀ ਆ ਵੀ ਕੋਈ ਜਨਾਨੀ ਸੀ ਤੇ ਉਹ ਨਾ ਮਤਲਬ ਉਹ ਜਿਸ ਤਰ੍ਹਾਂ ਭੈਣ ਜੀ ਗੱਲ ਤੇ ਚੁਗਲੀ ਕਰਨ ਤੋਂ ਬਗੈਰ ਰਹਿੰਦੀ ਨੀ ਸੀ। ਹਾਂਜੀ, ਤੇ ਉਹ ਦੂਜੀ ਉਹਦੀ ਗੁਆਂਢਣ ਨੂੰ ਆਉਂਦੀ ਆ ਵੀ ਜਿਹੜੀ ਚੁਗਲੀ ਕਰਦੀ ਭੈਣ, ਆਹ ਲੈ 100 ਰੁਪਇਆ ਤੇ ਵੀ ਤੂੰ ਕਿਸੇ ਨੂੰ ਗੱਲ ਗਾਹ ਦੱਸੀ ਨਾ, ਮੈਂ ਤੈਨੂੰ ਗੱਲ ਦੱਸ ਦਿੰਦੀ ਫਲਾਨੀ ਫਲਾਨੀ ਭੈਣ ਦੀ, ਉਹ ਇੱਦਾਂ ਦੀ ਇੱਦਾਂ ਵਾ। ਤੇ ਉਹ ਆਉਂਦੀ ਵੀ 2 ਕੁ ਦਿਨ ਉਦੋਂ ਤੈਨੇ ਲਾਲਚ ਦਾ ਕਰਕੇ 100 ਰੁਪਇਆ ਲੈ ਕੇ ਰੱਖ ਲਿਆ ਤੇ ਦੂਸਰੇ ਤੀਸਰੇ ਦਿਨ ਗਈ, ਆਂਦੀ ਨੀ ਭੈਣਾ ਆ ਚੁੱਕ ਆਪਣਾ 100 ਰੁਪਇਆ, ਜਿਹਨੂੰ ਆਦਤ ਪਈ ਹੋਵੇ ਚੁਗਲੀਆਂ ਦੀ, ਆਂਦੀ ਭੈਣਾ ਚੁੱਕ ਆਪਣਾ 100 ਰੁਪਇਆ ਤੇ ਮੈਂ ਨੀ 100 ਰੁਪਇਆ ਤੇਰਾ ਲੈਣਾ। ਤੇ ਮਹਿੰਦੀ ਤੇ ਗੱਲ ਜਿਹੜੀ ਨਾ ਗੱਲ ਤੱਕ ਆ ਗਈ, ਮੈਂ ਤੇ ਤੇਰੀ ਭੈਣਾ ਚੁਗਲੀ ਉਹਨੂੰ ਦੱਸਣੀ ਦੱਸਣੀ, ਮੈਂ ਤੇ ਲੜਾਈ ਪਾਉਣੀ ਪਾਉਣੀ ਆ, ਆਹ 100 ਰੁਪਇਆ ਆਪਣਾ ਵਾਪਸ ਲੈ ਲਾ। ਅਤੇ ਹੋਰ ਕੀ, ਮੈਂ ਕੀ ਘਟਨਾ ਕਰਦੀ, 100 ਰੁਪਏ ਤੂੰ ਆਪਣਾ ਫੜ ਤੇ ਮੈਂ ਤੇ ਚੁਗਲੀ ਕਰਨੀ ਕਰਨੀ ਹੈ? ਨਹੀਂ ਮੈਂ ਤੇ ਕਰਨੀ, ਮੈਂ ਨਹੀਂ ਕਰਨ ਤੋਂ ਬਗੈਰ ਨਾ ਵਾਪਸ ਲੈ ਲਾ ਆਪਣਾ 100 ਰੁਪਇਆ, ਮੈਂ ਤਾਂ ਤੁਹਾਨੂੰ ਇਹ ਗੱਲ ਦੱਸਣ ਲੱਗੀ। ਬਿਲਕੁਲ ਸਹੀ ਗੱਲ, ਹੁਣ ਜਿੱਦਾਂ ਆਪਾਂ ਜ਼ਿਆਦਾ ਰੋਟੀ ਖਾ ਲੈਂਦੇ ਹਾਂ ਹਨਾ, ਤੇ ਹੁਣ ਕਈ ਵਾਰ ਨਹੀਂ ਜਦੋਂ ਨਹੀਂ ਪਚਦੀ ਨਹੀਂ ਪਚਦੀ ਬਾਅਦ ਮਾਰ ਜਾਂਦੇ। ਇਹ ਜਨਾਨੀ ਨਾਲੇ ਕੌਮ ਹੀ ਐਸੀ ਹੈ ਵੀ ਢਿੱਡ 'ਚ ਗੱਲ ਕੋਈ ਜਿਹੜਾ ਹੋਊਗਾ ਜਿਹੜਾ ਪਚਾਊ ਨੇ ਤੇ ਅਗਲੇ ਨੂੰ ਦੱਸ ਕੇ ਲੜਾਈ ਪਾ ਦੇਣੀ ਹੈ ਕਿਸੇ ਨਾ ਕਿਸੇ ਤਰ੍ਹਾਂ। ਇਹ ਬਖਸ਼ ਮਿਲੀ ਹੋਈ ਹੈ ਜੀ ਸਾਨੂੰ, ਇਹ ਕੋਈ ਝੂਠ ਥੋੜੀ ਗੱਲ ਹੈ, ਇਹ ਤਾਂ ਸਾਨੂੰ ਬਖਸ਼ ਮਿਲੀ ਹੋਈ ਆ। ਬਸ ਬਸ ਬਸ, ਜਨਾਨੀ ਆਦਮੀ ਕਿਹੜੀਆਂ ਕਿਹੜੀਆਂ ਗੱਲਾਂ ਢਿੱਡ 'ਚ ਪਾ ਲੈਂਦੇ ਪਰ ਜਨਾਨੀ ਨਹੀਂ ਪਾ ਸਕਦੀ। ਜਨਾਨੀ ਨਹੀਂ ਪਾ ਲੈਂਦੀ, ਤਾਂ ਤਾਂ ਕਹਿੰਦੇ ਜਨਾਨੀਆਂ ਨੂੰ ਹਾਰਟ ਅਟੈਕ ਨਹੀਂ ਆਉਂਦਾ, ਦਿਲ 'ਚ ਕੋਈ ਗੱਲ ਰੱਖਣੀ ਨਹੀਂ। ਦੇਖਿਆ ਤੁਸੀਂ ਕਦੇ ਕਦੇ ਸੁਣਿਆ ਤੁਸੀਂ ਜਨਾਨੀ ਨੂੰ ਦਿਲ ਦੌਰਾ ਪੈਂਦੇ? ਨਹੀਂ ਨਾ ਸੁਣਿਆ, ਉਹਨੂੰ ਕਿੱਥੋਂ ਪੈਣਾ, ਦਿਲ 'ਚ ਕੁਛ ਰੱਖਣਾ ਹੀ। ਸਭ ਤਾਂ ਬੋਲ ਦੇਣਾ, ਹਾਂਜੀ ਸਭ ਤਾਂ ਬੋਲ ਦੇਣਾ, ਦਿਲ 'ਚ ਕੁਛ ਰੱਖਣਾ ਹੀ ਨਹੀਂ ਤੇ। ਨਾ ਜੀ ਨਾ ਬੇਟਾ, ਕੁਛ ਨਹੀਂ ਰੱਖਣਾ ਦਿਲ 'ਚ। ਅੱਛਾ, ਕਈ ਵਾਰ ਕਹਿੰਦੇ ਨੇ ਵੀ ਢਿੱਡ ਪੀੜ ਵੀ ਲੱਗ ਜਾਂਦੀ, ਏਦਾਂ ਸੱਚੀ ਹੁੰਦਾ ਆ? ਪਤਾ ਨੀ ਬੇਟਾ, ਇੰਨਾ ਜੀ ਮੈਨੂੰ ਨੀ ਪਤਾ ਕੁਛ, ਮੇਰੇ ਨਾਲ ਡੇਢ ਕੁ ਸੌ ਹੋ ਗਿਆ ਇੰਡੀਆ ਤੋਂ ਆਈ ਨਾ, ਮੈਨੂੰ ਨੀ ਪਤਾ। ਅੱਛਾ ਅੱਛਾ ਅੱਛਾ, ਮੈਂ ਸੁਣਿਆ ਹੀ ਆ, ਸੁਣਿਆ ਨੀ। ਹਾਂਜੀ ਹਾਂਜੀ, ਠੀਕ ਹੈ ਜੀ, ਬਹੁਤ ਵਧੀਆ ਲੱਗਾ ਤੁਸੀਂ ਇੰਨੀਆਂ ਗੱਲਾਂ ਬਾਤਾਂ ਸੁਣਾਈਆਂ, ਇੰਨਾ ਹਸਾਇਆ ਸਾਨੂੰ, ਹਨਾ? ਠੀਕ ਹੈ ਜੀ, ਹੁਣ ਆਪਾਂ ਇੱਕ ਬ੍ਰੇਕ ਲੈਣ ਲੱਗਿਆ ਜੀ, ਲੈਣੇ ਜੀ ਇੱਕ ਨਿੱਕਾ ਜਿਹਾ ਬ੍ਰੇਕ, ਥੈਂਕ ਯੂ ਸੋ ਮਚ। ਹੈਲੋ, ਹਾਂ ਦੌੜ ਗਈ, ਚੱਲ ਕੋਈ ਨਹੀਂ, ਚੰਗਾ ਹੋਇਆ, ਉਹਦੀਆਂ ਤਾਂ ਹਰਕਤਾਂ ਹੀ ਇੱਦਾਂ ਦੀਆਂ ਸੀਗੀਆਂ। ਅੱਛਾ, ਓਏ ਹੋਏ ਹੋਏ ਹੋਏ, ਆਪਾਂ ਨੂੰ ਕੀ, ਆਪਾਂ ਕਿਹੜੀ ਕਦੇ ਕਿਸੇ ਦੀ ਚੁਗਲੀ ਕੀਤੀ ਆ? ਹੈਲੋ ਉੱਲੇ ਭਾਈ, ਤੁਸੀਂ ਤਾਂ ਆ ਵੀ ਗਏ, ਮੇਰੀ ਤਾਂ ਹਾਲੇ ਚੁਗਲੀ ਨਹੀਂ ਸੀ ਮੁੱਕੀ। ਕੋਈ ਨਾ, ਤੁਹਾਡੇ ਨਾਲ ਕਰ ਲੈਂਦੇ ਹਾਂ, ਚੁਗਲੀ ਹੋਈ ਕਰਨੀ ਆ, ਫੋਨ 'ਚ ਕਰ ਲਓ ਭਾਵੇਂ ਸਾਹਮਣੇ ਕਰ ਲਓ। ਅਗਲੇ ਕਾਲਰ ਆ ਗਏ ਨੇ, ਹੈਲੋ।
हेलो, सत श्री अकाल सत श्री जी। अकाल जी, की हाल है? बस बहुत वधिया। मैं हाँ तो समझ के वेट कर रही थी चुगलियां दी। मैं तुसी चुगलियां करनियां मेरे नाल, मैं फटाफट तैयार हो जावां। अब वेख लो, अज चुगले दा टॉपिक चेक करना। अज जनानियां झट फोन ला रही ने, है मैं तो पहला भी लानी हां। हाँ ये तो गल है ये। नहीं 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 ना, दस दो सारे नू, मैंने तो पता ही आ। हां जी, मैं दविंदर बोल रही हूँ, कनेक्ट करता हूँ। हाँ जी हाँ जी, सानू पता है जी। की कहना अज, फिर केड़ी चुगली करनी है दसो। चुगली दे ते मैं चुगलियां तो वैसे कहंदे हुंदे करदे ही है, सारे ही करदे आ, कोई इदां दा बंदा होना नहीं जिहड़ा चुगली ना करदा होवे। होर की? ते मैं चुगली दे ते थानू इक गाना सुनानी, बहुत सोहना गाना है, छोटा जिहा सुनावा? हाँ जी जी बिल्कुल चलो सुनो फिर। जी। बल्ले नी मेरी चुगल बटेर, शावा नी मेरी चुगल बटेर। बल्ले नी मेरी चुगल बटेर, शावा नी मेरी चुगल बटेर। रुस रुस बहंदी गल नू पेंदी, दे झिड़का बुल लेंदी ढेर। बल्ले नी मेरी चुगल बटेर, बल्ले नी मेरी चुगल बटेर। बंठा निकली रूप दी तितली, पौरिया ने लई राह विच के। बल्ले नी मेरी चुगल बटेर, शावा नी मेरी चुगल बटेर। की दुख दसीए किसनू, की दुख दसीए किस नाल हसीए। मर जानी गई अखियां फेर। बल्ले नी मेरी चुगल बटेर, शावा नी मेरी चुगल बटेर। कैरक मा गई दिलों भुला गई, कैरक मा गई दिलों भुला गई। सॉरी, कोई ना, कैरक मा गई दिलों भुला गई। सारे पाउन दे नाल पै गया पेर, साडे पादा पै गया नेर। बल्ले नी मेरी चुगल बटेर, चावा नी मेरी चुगल बटेर। बड़ा सताया खत ना पाया, बिल्लो जी बड़ी हो गई देर। बल्ले नी मेरी चुगल बटेर, शावा नी मेरी चुगल बटेर। बल्ले नी मेरी चुगल बटेर, शावा नी मेरी चुगल बटेर। थैंक यू जी। हाय रब्बा, तुसे साहब नहीं लेता, मेरे अगले कॉलर वेट कर करके थक गए। थैंक यू जी, थैंक यू सो मच। हेलो हेलो, सत श्री अकाल सत श्री अकाल गुलाबो जी। अज गुलाबो दी गुआंढन अत्रो। अत्रो बन गई, कदी कोई कदी बंतो कदी संतो कदी कुछ कदी कुछ। तो होर की, तो मैं थानू पहला दस ही देनी है ना, मैं कौन आ दस देनी है ना मैं। कौन? मुझे असली नाम नहीं पता लगता पिया। असली नाम भी दस देना है थानू, असली तो हैगा, झूठे ना कि अत्रो एडा वधिया नाम रख्या। ये ना किदा दा रखिया होया हूं, चुगलियां नहीं करनिया फिर, आही ना जचिया मैनू तां। आतरो ही चुगलियां खाती भी होंगी सी, आतरो ते जतरो। ताही ताही ना जतरो ना रखता है कि बढ़िया नहीं? बढ़िया बढ़िया। चुगलियां तो ये तो तौर की बाणी जिदा होंगी है, ये तो चलन जनानिया की शुरू तो ही चलनी चलनी है, ये कितने बंद होनी है। ये नहीं बंद हुंदियां, ये तो रिवाज नहीं मुकदा है। ये रिवाज किथे, ये तो हाज मोले दी गोली है ना, फिर ये तो कदी भी नहीं खाते बगैर रह सकदियां। नहीं तो कई बार हो जाए भी हाजमोले दी गोली मुक गई आ, फिर बात किदा हजम ही हो जाती, फिर ना औखा हो जाता काम है, फिर रोटी नहीं हजम होंदी। नहीं अच्छा, कहंदे ने बाहरले मुल्क च चुगलियां नहीं करदे, इदां दी भी गल हैगी आ? बाहर मुल्क दे विच कोई लभदी नहीं जनानी, लागे गुआंढन नहीं लभदी, तां चुगलियां किथे करन। मतलब गुआंढी नहीं ना होंदे, चुगलियां तुसी पैक करके रखियां हुंदियां, अगो कोई रिसीव करन वाला नहीं हुंदा। हाँ, इत्थे यही मौज हैगी है कि कोई गुआंढी नहीं हैगा, मुंह मत्थे नहीं लगदियां, खड़ियां नहीं हुंदियां कितने, सड़क ते गड्डियां ते जाना कितने ही कोई मिलता या दूर दूर हुंदे आ ना, इसलिए इत्थे चुगलियां खत्म ही हो जांदियां तकरीबन। मतलब हुण आरे ते नहीं रही बाहर जाके चुगलियां करन दी, फोन फोन कर लिया करो। ताही तो ताडे ना कर ली दी है, या हुण साडे भी की हुंदे हाजमोले दुरुस्त करने पैंदे आ। सही गल है, ते चुगली तां किसे दी कीती नहीं, हुण ओह की करिए, इन्नियां इकट्ठियां होईयां हुण पता नहीं लगदा किहदी कोई शुरू। तुसीं इदां करो, साडा मेल आईडी लिखिया होना स्क्रीन ते है ना, उहदे ते सानूं मेल कर दो सारियां चुगलियां लिख के, आपां फटाफट पढ़ लैणियां। इत्थे सास भी है नहीं, हुण किहदी करां, मैनूं तां घर ते पता पैंदा। ओहो वेख लो, हुण चुगलियां इन्नियां भी पता नहीं लग रिहा, पहलां किहड़ी करिए है कि नहीं। तो शुरू करो तो मैं भी करा ना, कोई करे शुरू तो हूं मेनू मेरे यार, घर दा तो झिड़का पैनी है, कहंदे यही काम रह गया तेनू, झिड़का है सवेर दी, अज किन्नियां गल लईयां आ, पता नहीं किन्नियां किन्नियां कि ना किन्नियां गल लईयां होनियां। ठीक है, ऐदा करदे आ ना, आपां अगले कॉलर नूं पुछ लैणे, तुसीं सानूं मेल कर दो अपनी चुगलियां, ठीक है? हेलो हेलो, हेलो सत श्री अकाल। हेलो, सत श्री अकाल जी। सत श्री अकाल जी, की हाल चाल है जी? की हाल है जी? वधिया हाँ,
ਸਗਰੋਂ ਬਹੁਤ ਅਤਰੋ ਅਤਰੋ ਦੇ ਬਹੁਤ ਤੇਜ ਹੈ ਲੋ ਅੱਜ ਤੇਜ ਹੋ ਗਈ ਅਤਰੋ ਹੈ ਹਾਂ ਇੱਕ ਤੇੜਾ ਮਦਦ ਕਰਦੇ ਸਾਡੀ ਕਰਦੇ ਕਹਿੰਦੇ ਨੇ ਪੂਰੀ ਸਾਡੀ ਚੰਗਾ ਤੋਹਫਾ ਛੇੜਿਆ ਹੈ ਅਤਰੋ ਵਾਲਾ ਹੈ ਮੈਨੂੰ ਅੱਛਾ ਜਿਵੇਂ ਤੁਸੀਂ ਚੁਗਲੀਆਂ ਕਰਦੇ ਹੀ ਨਹੀਂ ਹੈ ਹਾਂ ਅੱਛਾ ਜੀ ਹੋਰ 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 ਹੁਣ ਤੁਸੀਂ ਟੌਪਿਕ ਤੇ ਨਾ ਆਈ ਹੋ ਚੁਗਲੀਆਂ ਨਾ ਕਰੀਓ ਕਿਸੇ ਦੀਆਂ ਆ ਕੌਣ ਬੋਲ ਰਿਹਾ ਹੈ ਮੁਲਤਾਨੀ ਸਾਹਿਬ ਬੋਲ ਰਹੇ ਨੇ ਅੱਛਾ ਨਹੀਂ ਮੈਨੂੰ ਦੱਸੋ ਵੀ ਤੁਹਾਡੇ ਗੁਆਂਢ 'ਚ ਕੋਈ ਹੈ ਤੁਹਾਨੂੰ ਆ ਕੇ ਚੁਗਲੀਆਂ ਕਰਦਾ ਹੋਏ ਕੋਈ ਚੁਗਲੀਆਂ ਸਾਰੇ ਕਰਦੇ ਨੇ ਬੜੇ ਜਨਾਨੀ ਇੱਕ ਤਰ੍ਹਾਂ ਕੇ ਬੰਦੇ ਬੜੇ ਚੁਗਲੀਆਂ ਕਰਦੇ ਨੇ ਬਸ ਬਸ ਇਹੀ ਤਾਂ ਤੁਹਾਨੂੰ ਪੁੱਛਣਾ ਸੀਗਾ ਇੰਡੀਆ ਦੇ ਕਿਤੇ ਰਹਿ ਗਿਆ ਬਾਹਰ ਵੀ ਬੜੀਆਂ ਚੁਗਲੀਆਂ ਚੱਲਦੀਆਂ ਅਮਰੀਕਾ 'ਚ ਵੀ ਉਹ ਯਾਰ ਫਲਾਣਾ ਬੰਦਾ ਕੰਮ ਨੀ ਕਰਦਾ ਓਏ ਆ ਚੰਗਾ ਨੀ ਓਏ ਚੁਗਲੀਆਂ ਤੇ ਬੜਾ ਮਜ਼ਾ ਆਇਆ ਤੁਹਾਡਾ ਚੁਗਲੀਆਂ ਕਰਕੇ ਇਸਦੇ ਨਾਲ ਹੀ ਆਪਾਂ ਐਪੀਸੋਡ ਦੀ ਸਮਾਪਤੀ ਕਰਦੇ ਅਗਲੀ ਵਾਰ ਫਿਰ ਹਾਜ਼ਰ ਹੋਵਾਂਗੇ ਨਵੇਂ ਟੌਪਿਕ ਦੇ ਨਾਲ ਸਤਿ ਸ਼੍ਰੀ ਅਕਾਲ